ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਦੰਡੋਤ ਬੰਦਨ ਅਨੇਕ ਸਰਬ ਕਲਾ ਸਰਬ ਕਲਾ ਬਸੰਤ ਮਹੱਲਾ ਪਹਿਲਾ ਰੇ ਮਨ ਲੇਖੈ ਕਬੂ ਨ ਪਾਏ ਰੇ ਮਨ ਲੇਖੈ ਕਬੂ ਨ ਪਾਏ ਰੇ ਮਨ ਉਦ ਸੋਗਾ
Yeah.
Wow, wow, saache
Yeah.
Bye.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੰਮ ਨਹੀਂ ਬਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਸਰਦਾਰ ਬਲਬੀਰ ਸਿੰਘ ਕੋਹਲੀ ਜੀ ਦਾ, ਜਿਹੜੇ ਬੜੀ ਜਾਣੀ ਹੋਈ ਹਸਤੀ ਨੇ ਅਤੇ ਇੰਟਰਨੈਸ਼ਨਲ ਸਿੱਖ ਹੈਰੀਟੇਜ ਸੈਂਟਰ ਦਾ, ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ। ਅਤੇ ਅਸੀਂ ਨਾਦ ਮਿਊਜ਼ਿਕ ਇੰਸਟੀਟਿਊਟ USA ਤੋਂ ਆਏ ਹਾਂ ਅਤੇ ਮਕਸਦ ਸਾਡਾ ਬੜਾ ਸੌਖਾ ਜਿਹਾ ਹੈਗਾ। ਅਤੇ ਮਕਸਦ ਜਿਹੜਾ ਬੜੇ ਸੌਖੇ ਤਰੀਕੇ ਨਾਲ ਭਾਈ ਗੁਰਦਾਸ ਜੀ ਨੇ ਦੱਸਿਆ ਆਪਣੀ ਵਾਰਾਂ ਦੇ ਵਿੱਚ। ਉਹ ਕਹਿੰਦੇ ਨੇ, ਘਰ ਘਰ ਬਾਬਾ ਗਾਵੀਐ ਵੱਜਣ ਤਾਲ ਮਿਗੰਗ ਮ੍ਰਿਦੰਗ ਰਬਾਬਾ। ਇਹਦੇ 'ਚ ਸਾਰੇ ਕੰਮ ਆ ਗਏ। ਸਾਡਾ ਮੁੱਢ ਗੁਰੂ ਨਾਨਕ, ਅਤੇ ਉਹ ਗੁਰੂ ਨਾਨਕ ਸਾਹਿਬ ਦੀ ਗੱਲ ਕਰ ਰਹੇ ਨੇ। ਘਰ ਘਰ ਬਾਬਾ ਗਾਵੀਐ। ਐਂਡ ਆਈ ਵਾਂਟ ਟੂ ਸ਼ੇਅਰ ਮਾਈ ਸਟੋਰੀ ਐਟ ਲੀਸਟ ਵਿਦ ਸਮ ਆਫ ਦ ਪੀਪਲ ਹੂ ਕੈਨੋਟ ਅੰਡਰਸਟੈਂਡ ਪੰਜਾਬੀ ਵੈਰੀ ਕਲੀਅਰਲੀ। ਆਈ ਹੈਵ ਜਸਟ ਬੀਨ ਡੂਇੰਗ ਕੀਰਤਨ ਫੋਰ 2.5 ਈਅਰਸ। ਆਈ ਸ਼ੁੱਡ ਨਾਟ ਬੀ ਸਿਟਿੰਗ ਔਨ ਦਿਸ ਸਟੇਜ, ਸਪੈਸ਼ਲੀ ਵਿਦ ਸੱਚ ਗ੍ਰੇਟ ਪਰਫਾਰਮਰਸ ਹੂ ਆਰ ਸਿਟਿੰਗ ਨੈਕਸਟ ਟੂ ਮੀ, ਬਟ ਆਈ ਐਮ ਹੀਅਰ। ਇਹ ਇੱਕ ਚਮਤਕਾਰ ਵੀ ਹੈਗਾ, ਗੁਰੂ ਦੀ ਬਖਸ਼ਿਸ਼ ਹੈਗੀ ਹੈ, ਪਰ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਹੈ ਔਰ ਨਾਦ ਮਿਊਜ਼ਿਕ ਇੰਸਟੀਟਿਊਟ ਦਾ ਵੀ ਇਹੀਓ ਮਿਸ਼ਨ ਹੈਗਾ ਕਿ ਅਸੀਂ ਚਾਹੁੰਦੇ ਹਾਂ ਕਿ ਘਰ ਘਰ ਗੁਰੂ ਨਾਨਕ ਸਾਹਿਬ ਦਾ ਕੀਰਤਨ ਹੋਵੇ। ਔਰ ਗਾਇਆ ਜਾਏ ਅਤੇ ਨਾਲ ਹੀ ਅੱਗੇ ਭਾਈ ਸਾਹਿਬ ਨੇ ਹੋਰ ਇੰਸਪੀਰੇਸ਼ਨ ਦੇ ਦਿੱਤੀ, ਵੱਜਣ ਤਾਲ ਅਤੇ ਤਾਲ ਦੇ ਅੱਗੇ ਮ੍ਰਿਦੰਗ। ਜਿਹੜਾ ਸਾਡੇ ਸੀਨੀਅਰ ਰਿਸਰਚਰ ਫੈਲੋ ਪ੍ਰੋਫੈਸਰ ਹਰਭਜਨ ਸਿੰਘ ਜਾ ਰਹੇ ਸੀਗੇ, ਮ੍ਰਿਦੰਗ ਔਰ ਪਖਾਵਜ ਇੱਕੋ ਹੀ ਗੱਲ ਹੈਗੀ ਹੈ। ਬਹੁਤ ਲੋਕ ਸੋਚਦੇ ਨੇ, ਮੈਂ ਇਸ ਕਰਕੇ ਬੋਲ ਰਿਹਾ ਕਿਉਂਕਿ ਬਹੁਤ ਲੋਕ ਸੋਚਦੇ ਨੇ ਢੋਲਕੀ ਹੈ, ਢੋਲਕੀ ਨਹੀਂ ਹੈ, ਇਹ ਪਖਾਵਜ ਹੈ, ਗੁਰੂ ਸਾਹਿਬ ਦਾ ਸਾਜ ਹੈ। ਗੁਰੂ ਤੇਗ ਬਹਾਦਰ ਸਾਹਿਬ ਆਪ ਪਖਾਵਜ ਨਾਲ ਕੀਰਤਨ ਕਰਦੇ ਸੀ ਅਤੇ ਸਾਜ ਗੁਆਚ ਚੁੱਕੇ ਨੇ ਸਾਡੇ। ਵੀ ਹੈਵ ਲੋਸਟ ਸਮ ਆਫ ਆਵਰ ਵੈਰੀ ਪ੍ਰੈਸ਼ਸ ਹੈਰੀਟੇਜ, ਬਿਕੋਜ਼ ਟੂ ਬੀ ਅ ਸਿੱਖ ਮੀਨਸ ਟੂ ਸਿੰਗ ਐਂਡ ਇੰਬਾਈਬ ਕੀਰਤਨ ਇਨ ਆਵਰ ਹਾਰਟਸ ਇਨ ਆਵਰ ਲਾਈਵਸ। ਅਤੇ ਗੁਰੂ ਗ੍ਰੰਥ ਸਾਹਿਬ ਅਸੀਂ ਪੜ੍ਹ, ਅਸੀਂ ਜਿਹੜਾ ਮਰਜ਼ੀ ਪੰਨਾ ਫੜ ਲਈਏ, ਗੁਰੂ ਸਾਹਿਬ ਨੇ ਕੀਰਤਨ ਰਾਗ 'ਚ ਲਿਖਿਆ, ਇਹਦੇ 'ਚ ਸਾਰੇ ਕੰਪੋਨੈਂਟਸ ਆ ਗਏ। ਕਈ ਵਾਰੀ ਲੋਕ, ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ, ਆਈ ਵਾਂਟ ਟੂ ਕਲੈਰੀਫਾਈ ਸਮਥਿੰਗ। ਸਮਟਾਈਮਸ ਵੈਨ ਪੀਪਲ ਹੀਅਰ ਦ ਕੀਰਤਨੀਅਰਸ, ਦ ਰਾਗੀਜ਼ ਡੂਇੰਗ ਅਲਾਪ, ਦੇ ਥਿੰਕ ਇਟਸ ਰਾਗ। ਅਲਾਪ ਔਰ ਰਾਗ 'ਚ ਅੰਤਰ ਹੈ। ਅਲਾਪ ਇਜ਼ ਅ ਮਿਊਜ਼ੀਕਲ ਆਰਟ, ਅ ਮਿਊਜ਼ੀਕਲ ਟੈਲੈਂਟ। ਰਾਗ ਇਜ਼ ਅ ਸੀਕੁਐਂਸ ਆਫ ਨੋਟਸ ਦੈਟ ਪ੍ਰੋਡਿਊਸਿਸ ਇਮੋਸ਼ਨਸ। ਅਗਰ ਤੁਸੀਂ ਰਾਗ ਦਾ ਮੀਨਿੰਗ ਪੜ੍ਹੋਗੇ ਨਾ, ਉਹਦਾ ਮਤਲਬ ਇਮੋਸ਼ਨ ਹੈ। ਭਾਈ ਕਾਨ ਸਿੰਘ ਨਾਭਾ ਨੇ ਲਿਖਿਆ, ਇਫ ਯੂ ਲੀਵ ਹੇਅਰ ਐਂਡ ਵਿਦ ਇਨ 5 or 10 minutes ਔਰ 1 hour ਦੈਟ ਇਮੋਸ਼ਨ ਲੀਵਸ ਯੂ। ਇਟਸ ਅ ਵੈਰੀ ਸਿੰਪਲ ਚੈੱਕ, ਐਵਰੀ ਵਨ ਕੈਨ ਚੈੱਕ। ਇਫ ਯੂ ਲੀਵ ਹੇਅਰ ਐਂਡ ਵਿਦ ਇਨ 15 to 20 minutes, ਇਫ ਯੂ ਆਰ ਲਿਸਨਿੰਗ ਟੂ ਕੀਰਤਨ, ਫੋਰ ਸ਼ੋਰ ਯੂ ਵਿਲ ਹੈਵ ਦੈਟ ਇੰਜੋਇਮੈਂਟ, ਯੂ ਵਿਲ ਹੈਵ ਦੈਟ ਪੀਸ, ਯੂ ਵਿਲ ਹੈਵ ਦੈਟ ਕਨੈਕਸ਼ਨ ਵਿਦ ਗੁਰੂ, ਨੋ ਮੈਟਰ ਹਾਊ ਇਟਸ ਡਨ। ਬਟ ਦ ਡਿਫਰੈਂਸ ਵਿਦ ਰਾਗ ਇਜ਼ ਵੈਨ ਯੂ ਲੀਵ, ਮੇ ਬੀ ਦਿਸ ਫੀਲਿੰਗ ਵਿਲ ਸਟੇ ਵਿਦ ਯੂ ਫੋਰ ਆਵਰਸ ਇਨਸਟੈਡ ਆਫ ਮਿਨਟਸ। ਦੈਟਸ ਦ ਡਿਫਰੈਂਸ, ਇਹ ਫਰਕ ਹੈ।
ਸੋ ਪਹਿਲਾ ਸ਼ਬਦ ਅਸੀਂ ਪੜ੍ਹਿਆ ਬਸੰਤ ਰਾਗ ਦੇ ਵਿੱਚ. ਬਸੰਤ ਇਜ਼ ਅ ਵੈਰੀ ਅਪਲਿਫਟਿੰਗ ਰਾਗ, ਮੈਚਿਸ ਦ ਰੁੱਤ. ਸੋ ਵੀ ਆਰ ਇਨ ਬਸੰਤ, ਸੋ ਵੀ ਸਟਾਰਟਡ ਵਿਦ ਬਸੰਤ. ਦੂਜਾ ਸ਼ਬਦ ਕੌੜੀ ਰਾਗ, ਤੀਜਾ ਸ਼ਬਦ ਸੋਰਠ ਰਾਗ ਦੇ ਵਿੱਚ. ਔਰ ਤਿੰਨੋਂ ਹੀ ਕੰਪੋਜੀਸ਼ਨ ਗੁਰੂ ਨਾਨਕ ਸਾਹਿਬ ਦੀਆਂ ਨੇ. ਵੀ ਆਰ ਓਰੀਜਨਲੀ ਕੰਪੋਜ ਦੀ ਸ਼ਬਦਸ, ਕੰਪੋਜੀਸ਼ਨ ਸਾਰੀਆਂ ਪ੍ਰੋਫੈਸਰ ਸਾਹਿਬ ਦੀਆਂ ਨੇ ਔਰ ਨਾਦ ਮਿਊਜ਼ਿਕ ਇੰਸਟੀਟਿਊਟ ਦੇ ਨਾਲ ਨੇ. ਵੀ ਆਰ ਓਰੀਜਨਲੀ ਕੰਪੋਜ ਦੀ ਸ਼ਬਦਸ ਫੋਰ ਦ 550th ਈਅਰ ਆਫ ਗੁਰੂ ਨਾਨਕ ਸਾਹਿਬਸ ਬਰਥ ਐਨੀਵਰਸਰੀ, ਐਂਡ ਨਾਓ ਵੀ ਆਰ ਪ੍ਰਜੈਂਟਿੰਗ ਦੈਮ ਟੂ ਯੂ ਫੋਰ ਦ ਫਸਟ ਟਾਈਮ ਇਨ ਇੰਡੀਆ. ਜਿਹੜੇ ਸਾਜ਼ ਅਸੀਂ ਯੂਜ਼ ਕਰ ਰਹੇ ਹਾਂ ਪ੍ਰੋਫੈਸਰ ਸਾਹਿਬ ਪਖਾਵਜ ਮੈਰੇ ਮੈਂ ਗੱਲ ਕਰਤੀ, ਅਤੇ ਪ੍ਰੋਫੈਸਰ ਸਾਹਿਬ ਪੰਜਾਬ ਘਰਾਣੇ ਦਾ ਪਖਾਵਜ, ਲਾਹੌਰੀ ਬਾਜ ਦਾ ਪਖਾਵਜ ਵਜਾ ਰਹੇ ਨੇ. ਐਂਡ ਦੇਰ ਆਰ ਓਨਲੀ ਏ ਹੈਂਡਫੁੱਲ ਆਫ ਪੀਪਲ ਇਨ ਦ ਵਰਲਡ ਦੈਟ ਸਟਿਲ ਹੈਵ ਦਿਸ ਨੌਲੇਜ ਐਂਡ ਟੈਲੈਂਟ. ਹੈਂਡਫੁੱਲ ਇਨ ਦ ਵਰਲਡ. ਅਗਰ ਕੋਈ ਜਾਨਵਰ ਵੀ ਘੱਟ ਜਾਣ ਨਾ, ਤਾਂ ਗਵਰਨਮੈਂਟ ਪੁੱਟਸ ਦੈਮ ਔਨ ਦੀ ਇੰਡੇਂਜਰਡ ਸਪੀਸੀਜ਼ ਲਿਸਟ. ਸਾਡਾ ਕੀਰਤਨ ਇੰਡੇਂਜਰਡ ਸਪੀਸੀਜ਼ ਲਿਸਟ 'ਤੇ ਆ ਚੁੱਕਾ ਹੈ ਇਸ ਟਾਈਮ 'ਤੇ, ਔਰ ਅਸੀਂ ਚਾਹੁੰਦੇ ਹਾਂ ਕਿ ਉਹਨੂੰ ਵਾਪਸ ਲੈ ਕੇ ਆਏ. ਇਹ ਸਾਡਾ ਮਿਸ਼ਨ ਹੈ, ਐਂਡ ਸਪੈਸ਼ਲੀ ਫੋਰ ਦ ਯੰਗਰ ਚਿਲਡਰਨ, ਬਿਕੋਜ਼ ਦ ਯੰਗਰ ਚਿਲਡਰਨ ਰੈਕਗਨਾਈਜ਼ ਦੈਟ ਵੀ ਆਰ ਹਿਪੋਕ੍ਰਿਟਸ. ਆਈ ਐਮ ਸੋਰੀ, ਆਈ ਐਮ ਦ ਬਿਗੈਸਟ ਹਿਪੋਕ੍ਰਿਟ ਆਫ ਆਲ. ਦੇ ਨੋ ਦੈਟ ਵੀ ਆਰ ਸਿਟਿੰਗ ਹੇਅਰ, ਵੀ ਆਰ ਆਸਕਿੰਗ ਹਿਮ ਟੂ ਸਿਟ, ਵੀ ਆਰ ਆਸਕਿੰਗ ਹਿਮ ਟੂ ਲਿਸਨ, ਬਟ ਦੇ ਆਰ ਨੋਟ ਕਨੈਕਟਿੰਗ ਮੋਸ਼ਨ. ਐਂਡ ਦੈਟ ਕੈਨ ਓਨਲੀ ਹੈਪਨ ਵੈਨ ਵੀ ਕਨੈਕਟ ਥਰੂ ਗੁਰੂਜ਼ ਔਥੈਂਟਿਕ ਬਾਣੀ, ਔਥੈਂਟਿਕ ਕੀਰਤਨ. ਸੋ ਇਹ ਸਾਡਾ ਮਿਸ਼ਨ ਹੈਗਾ. ਵੀ ਹੈਵ ਅੱਜ ਕੱਲ੍ਹ ਇਸ ਮਾਹੌਲ ਦੇ ਵਿੱਚ ਬੜੇ ਮੰਨੇ ਪਰਮੰਨੇ ਲੋਕ ਬੈਠੇ ਨੇ. ਵੀ ਆਰ ਵੈਰੀ ਗ੍ਰੇਟਫੁੱਲ ਟੂ ਯੂ ਦੈਟ ਯੂ ਕੇਮ. ਵੀ ਹੋਪ ਦੈਟ ਵੀ ਵਿਲ ਗੈਟ ਮੋਰ ਓਪਰਚੁਨਿਟੀਜ਼ ਟੂ ਸ਼ੇਅਰ ਦਿਸ ਮਿਸ਼ਨ, ਦਿਸ ਮੈਸੇਜ. ਆਈ ਥਿੰਕ ਹੋਰ ਵੀ ਇੱਕ ਮਹਾਨ ਹਸਤੀ ਨੇ ਜਿਹਨਾਂ ਨੇ ਕੁਛ ਬੋਲਣਾ ਹੈ. ਸਾਡਾ ਮਿਸ਼ਨ 15 ਸਾਲ ਦਾ ਹੈਗਾ. ਵੀ ਹੈਵ ਅ 15-ਈਅਰ ਪਲਾਨ. ਵੀ ਹੈਵ ਅ ਵੈਰੀ ਐਂਬੀਸ਼ੀਅਸ ਪਲਾਨ. ਵੀ ਆਰ ਡੂਇੰਗ ਰਿਸਰਚ ਐਟ ਅ ਵਰਲਡ ਕਲਾਸ ਲੈਵਲ ਐਟ ਐਂਡ ਵੀ ਵਾਂਟ ਟੂ ਇਸਟੈਬਲਿਸ਼ ਸਰਟਨ ਚੇਅਰਸ ਐਟ ਦ ਟੋਪ ਯੂਨੀਵਰਸਿਟੀਜ਼ ਇਨ ਨੌਰਥ ਅਮੈਰੀਕਾ, ਸੋ ਦੈਟ ਦਿਸ ਇਜ਼ ਡਨ ਇਨ ਅ ਵੈਰੀ ਸਿਸਟਮੈਟਿਕ ਐਂਡ ਸਾਇੰਟਿਫਿਕ ਵੇ, ਸੋ ਦੈਟ ਵੀ ਕੈਨ ਪ੍ਰੀਜ਼ਰਵ ਦਿਸ ਨੌਲੇਜ ਫੋਰ ਫਿਊਚਰ ਜਨਰੇਸ਼ਨਸ ਫੋਰ ਐਜ਼ ਲੋਂਗ ਐਜ਼ ਯੂ ਕੈਨ ਇਮੈਜਿਨ. ਅਗਰ ਸਿੱਖੀ ਰਹੇਗੀ ਤਾਂ ਇਹ ਨੌਲੇਜ ਰਹੇਗੀ. ਭਾਈ ਸਾਜਨ ਸਿੰਘ ਦਿਲਰੁਬਾ ਵਜਾ ਰਹੇ ਸੀ. ਦਿਲਰੁਬਾ, ਯੂ ਕੈਨੋਟ ਗੈਟ ਦੀਜ਼ ਨੋਟਸ ਫਰੋਮ ਐਨੀ ਅਦਰ ਇੰਸਟਰੂਮੈਂਟ. ਆਈ ਹੋਪ ਤੁਸੀਂ ਅਗਰੀ ਕਰੋਗੇ ਕਿ ਦਿਲ 'ਚ ਕੁਛ ਛਿੜਿਆ ਸੁਣ ਕੇ ਅੱਜ. ਅਤੇ ਮੇਰੇ ਹੱਥ ਹੈਗਾ ਤੰਬੂਰਾ ਜਾਂ ਤਾਨਪੁਰਾ ਜਿਹਨੂੰ ਕਹਿੰਦੇ ਨੇ, ਵਿਚ ਇਜ਼ ਆਲਸੋ ਅ ਸਟ੍ਰਿੰਗ ਇੰਸਟਰੂਮੈਂਟ ਵਿਚ ਇਜ਼ ਪਲੱਕਡ. ਹੀ ਇਜ਼ ਪਲੇਇੰਗ ਅ ਬੋਰਡ ਇੰਸਟਰੂਮੈਂਟ, ਆਈ ਐਮ ਪਲੇਇੰਗ ਅ ਪਲੱਕਡ ਇੰਸਟਰੂਮੈਂਟ. ਸੋ ਮਿਸ਼ਨ ਸਾਡਾ ਬਹੁਤ ਹੀ ਵੱਡਾ. ਵੀ ਹੈਵ ਅ ਵੈਰੀ ਐਂਬੀਸ਼ੀਅਸ ਮਿਸ਼ਨ. ਵੀ ਨੀਡ ਐਵਰੀ ਵਨ ਸਪੋਰਟ ਇਨ ਦਿਸ. ਤੁਸੀਂ ਆਏ, ਇਹ ਸਾਡੇ ਲਈ ਬੜੀ ਵੱਡੀ ਗੱਲ ਹੈ. ਦੈਟਸ ਅਮੇਜ਼ਿੰਗ. ਤੁਸੀਂ ਆਪਣੀਆਂ ਅਸੀਸਾਂ ਦਿੱਤੀਆਂ, ਆਪਣਾ ਪਿਆਰ ਦਿੱਤਾ, ਸਾਡੇ ਲਈ ਬਹੁਤ ਵੱਡੀ ਗੱਲ ਹੈ. ਕੱਲ੍ਹ ਅਸੀਂ ਗੁਰਦੁਆਰਾ ਬੰਗਲਾ ਸਾਹਿਬ 'ਚ ਵੀ ਕੀਰਤਨ ਕੀਤਾ ਸੀਗਾ. ਇਟਸ ਅ ਗ੍ਰੇਟ ਆਨਰ. ਪਰ ਮੈਂ ਤਾਂ ਇਹ ਕਹਿੰਦਾ ਕਿ ਜਿਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਗੂੰਗੇ ਨੂੰ ਬੁਲਵਾਇਆ ਸੀਗਾ ਨਾ, ਉਸੇ ਤਰ੍ਹਾਂ ਉਹਨਾਂ ਨੇ ਮੇਰੇ ਤੋਂ ਕੀਰਤਨ ਕਰਾ ਤੱਕ, ਪਤਾ ਨਹੀਂ ਕਿਵੇਂ. ਬਟ ਆਈ ਹੋਪ ਯੂ ਵਿਲ ਸ਼ੇਅਰ ਯੋਰ ਓਪੀਨੀਅਨ, ਯੋਰ ਇਮੋਸ਼ਨਸ. ਆਈ ਵਿਲ ਬੀ ਹੇਅਰ. ਮੈਂ ਇੱਥੇ ਹੀ ਹਾਂ, ਸਪੈਸ਼ਲੀ ਦ ਯੰਗਰ ਚਿਲਡਰਨ ਇਫ ਦੇ ਆਰ ਐਨੀ ਹੇਅਰ. ਇਫ ਦੇ ਆਰ ਨੋਟ, ਦੈਨ ਪਲੀਜ਼, ਆਈ ਹੈਵ ਬਿਜ਼ਨਸ ਕਾਰਡਸ, ਪਲੀਜ਼ ਪੈਸ ਔਨ ਮਾਈ ਬਿਜ਼ਨਸ ਕਾਰਡਸ ਟੂ ਦੈਮ. ਵੀ ਵੁੱਡ ਰੀਅਲੀ ਲਾਈਕ ਟੂ ਕਨੈਕਟ ਵਿਦ ਦ ਯੰਗਰ ਜਨਰੇਸ਼ਨ ਐਂਡ bring them into an area where we can show them a glimpse of what real Sikhi is, what the eh aisi bani hai ki Guru Nanak sahab aap aake beh jande ne. Sade kol ik assi camp laane hai, bachche ne puchha you are singing this shabad, is Guru Nanak still alive? ਅਤੇ ਮੇਰੇ ਜਿਹੜੇ ਪਰਮ ਮਿੱਤਰ ਨੇ ਡਾਕਟਰ ਮਨਜੀਤ ਸਿੰਘ, ਕੋ ਫਾਊਂਡਰ ਆਫ ਨਾਦ ਮਿਊਜ਼ਿਕ ਇੰਸਟੀਟਿਊਟ, ਉਹਨਾਂ ਕਿ ਯੈਸ. ਹੀ ਸੈਡ ਕੈਨ ਆਈ ਮੀਟ ਹਿਮ? ਹੀ ਸੈਡ ਯੈਸ, ਯੂ ਕੈਨ ਥਰੂ ਸ਼ਬਦ. ਸੋ
ਮੈਂ ਟਾਈਮ ਬਹੁਤ ਲੈ ਲਿਆ ਬਟ ਆਈ ਐਮ ਵੈਰੀ ਇਮੋਸ਼ਨਲ ਅਬਾਊਟ ਦਿਸ ਟੋਪਿਕ ਐਜ਼ ਯੂ ਕੈਨ ਸੀ ਸੋ ਅਸੀਂ ਹੁਣ ਅਨੰਦ ਸਾਹਿਬ ਦਾ ਪਾਠ ਕਰਾਂਗੇ ਅਤੇ ਉਸ ਤੋਂ ਬਾਅਦ ਸਮਾਪਤੀ ਹੈਗੀ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਕਾ ਪਾਇਆ ਸਹਿਜ ਸੇਤੀ ਮਨ ਵਜਿਆ ਵਧਾਇਆ ਰਾਗ ਰਤਨ ਪਰਵਾਰ ਭਰਿਆ ਸਬਦ ਕਾ ਮਨ ਆਇਆ ਸਬਦ ਤਾਦਾ ਹੋ ਹਰੀ ਤੇਰਾ ਮਨ ਜੀ ਜੀ ਵਸਾਇਆ ਕੈ ਨਾਨਕ ਲੰਦ ਹੋਵਾ ਸਤਿਗੁਰੂ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਸੰਜੀਵਾ ਉਹ ਕਰੇ ਤੇਰਾ ਕਾਲ ਸਵਾਰਨ ਸਭਨਾਤਲਾ ਸਮਰਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਰ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕੈ ਨਾਨਕ ਸੱਚੇ ਸਾਹਿਬ ਚਾ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਇਆ ਕਰ ਸਾਧ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਆਇਆ ਸਦਾ ਗੁਰਬਾਨ ਕੀਤਾ ਗੁਰ ਵਿਟੋ ਜਿਸ ਦਿਆ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋਖ ਸਬਦ ਕਰੋ ਪਿਆਰ ਸਚਾ ਨਾਮ ਮੇਰਾ ਆਧਾਰ ਵਾਜੇ ਪੰਜ ਸਬਦ ਤਿਤ ਕਰ ਸਵਾਗ ਕਰ ਸਵਾਗ ਸਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਜ ਤੁਤ ਬਸ ਕੀਤੇ ਪਾਤ ਕੰਟਕ ਮਾਰੇ ਗੁਰ ਧਰਮ ਪਾਇਆ ਤੁਰਜ ਕੋ ਨਾਮ ਹਰ ਕੈ ਲਾਗੇ ਸਗਲ ਮਨੋਰਥ ਪੂਰੇ ਪਾਤਰੰ ਪਾਇਆ ਪੁੱਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਰ ਸਰਸ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨਿਤ ਕਹਿ ਤੇ ਪਵਿੱਤ ਸਤਿਗੁਰ ਮਹਿਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੇ ਕੇ ਨੇੜੈ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।